ਸੂਤ ਸੰਤੋਖ ਸੂਤ ਸੂਤ ਸੂਤਰ ਕਿਹਦਾ ਹੋਵੇ ਸੰਤੋਖ ਦਾ ਸੰਤੋਖ ਦਾ ਜਿੰਨਾ ਚਿਰ ਤੱਕ ਸਾਡੇ ਅੰਦਰ ਸੰਤੋਖ ਨਹੀਂ ਹੈ ਗੁਰਬਾਣੀ ਆਪ ਜੀ ਪੜ੍ਹਦੇ ਹੋ ਸੁਖਮਨੀ ਸਾਹਿਬ ਸਹਿਸ ਕਟੇ ਲੱਖ ਕੋਠ ਧਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੈ ਖਪ ਖਪ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੰਤੋਖ ਤੋਂ ਬਗੈਰ ਰੱਜ ਨਹੀਂ ਸਕਦੇ ਜਦੋਂ ਸੰਤੋਖ ਦੀ ਗੱਲ ਚੱਲਦੀ ਹੈ ਮੈਨੂੰ ਇੰਗਲੈਂਡ ਦੀ ਯਾਦ ਆ ਜਾਂਦੀ ਹੈ ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਦੀ ਕਥਾ ਕਰਕੇ ਦਾਸ ਬਾਹਰ ਨਿਕਲਿਆ ਇੱਕ ਉੱਥੇ ਬੱਚੀ ਹੈ ਉਹਦਾ ਨਾਂ ਹੈ ਮਨਪ੍ਰੀਤ ਕੌਰ MBBS ਕਰ ਰਹੀ ਹੈ ਇੰਗਲੈਂਡ ਦੇ ਅੰਦਰ ਮੈਨੂੰ ਕਹਿਣ ਲੱਗੀ ਗਿਆਨੀ ਜੀ ਮੈਨੂੰ ਜਪਜੀ ਸਾਹਿਬ ਦੇ ਅਰਥ ਸਮਝਾਓ ਮੇਰੇ ਕੋਲ ਸਮਾਂ ਹੁੰਦਾ ਸੀ ਕਥਾ ਤੋਂ ਬਾਅਦ ਤੇ ਜਪਜੀ ਸਾਹਿਬ ਦੇ ਅਰਥ ਸਮਝਾਉਣੇ ਸ਼ੁਰੂ ਕੀਤੇ ਪਹਿਲੀ ਪੌੜੀ ਹਾਲੀ ਵਿਚਾਰ ਰਹੇ ਹਾਂ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਜੇ ਮੈਂ ਸਾਰੇ ਸੰਸਾਰ ਦੇ ਪਦਾਰਥ ਵੀ ਸਾਂਭ ਲਵਾਂ ਤੇ ਮਨ ਦੀ ਭੁੱਖ ਨਹੀਂ ਮਿਟਦੀ ਮਨ ਨਹੀਂ ਰੱਜਦਾ ਮਨ ਕਹਿੰਦਾ ਹੋਰ ਹੋਰ ਜਦੋਂ ਉਸ ਬੱਚੀ ਨੇ ਅਰਥ ਸਮਝੇ ਨਾ ਕਹਿੰਦੀ ਗਿਆਨੀ ਜੀ ਬਿਲਕੁਲ ਸਹੀ ਮੇਰਾ ਅਮੀਰ ਘਰ ਵਿੱਚ ਜਨਮ ਹੋਇਆ ਇੱਥੇ ਇੰਗਲੈਂਡ ਦੇ ਅੰਦਰ ਤੇ ਮੇਰੇ ਕੋਲ ਮੈਨੂੰ ਨਹੀਂ ਪਤਾ ਕਿੰਨੀਆਂ ਡਰੈਸਜ ਨੇ ਮੈਨੂੰ ਨਹੀਂ ਪਤਾ ਮੇਰੇ ਕੋਲ ਕਿੰਨੇ ਪਰਸ ਨੇ ਮੈਨੂੰ ਨਹੀਂ ਪਤਾ ਮੇਰੇ ਕੋਲ ਕਿੰਨੀਆਂ ਜੁੱਤੀਆਂ ਨੇ ਪਰ ਜਦੋਂ ਮੈਂ ਸ਼ੋਪਿੰਗ ਮਾਲ ਵਿੱਚ ਜਾਂਦੀ ਹਾਂ ਕਹਿ ਜੀ ਕਰਦਾ ਆਹ ਵੀ ਲੈ ਲਈਏ ਆਹ ਵੀ ਲੈ ਲਈਏ ਮਨ ਦੀ ਭੁੱਖ ਨਹੀਂ ਮਿਟਦੀ ਅੱਜ ਮੈਂ ਗੁਰੂ ਨਾਨਕ ਸਾਹਿਬ ਦੀ ਇਸ ਪੰਕਤੀ ਨੂੰ ਸਮਝਿਆ ਅਰਥਾਂ ਨੂੰ ਸਮਝਿਆ ਗਿਆਨੀ ਜੀ ਅੱਜ ਤੋਂ ਬਾਅਦ ਮੈਂ ਲੋੜ ਅਨੁਸਾਰ ਤੇ ਕੱਪੜੇ ਲਵਾਂਗੀ ਪਰ ਜਿਹੜੇ ਅੰਬਾਰ ਘਰੇ ਇਕੱਠੇ ਕੀਤੇ ਸਾਰੇ ਡੋਨੇਟ ਕਰ ਦੇਵਾਂਗੀ ਦਾਨ ਕਰ ਦੇਵਾਂਗੀ ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਦਾ ਸੂਤਰ ਕਾਹਦਾ ਹੋਵੇ ਸੰਤੋਖ ਦਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਜਤ ਦੀਆਂ ਗੰਢਾਂ ਪੰਗਤੀਆਂ ਕੇਵਲ ਅੱਖਰ ਦੋ ਨੇ ਜਤ ਗੰਢੀ ਤੇ ਸਮਾਂ ਮੈਨੂੰ ਮਾਫ ਕਰਿਓ ਇਹਦੇ ਲਈ ਅੱਧਾ ਘੰਟਾ ਚਾਹੀਦਾ ਮੈਨੂੰ ਇਹਦੀ ਵਿਆਖਿਆ ਕਰਨ ਲਈ ਜਤ ਗੰਢੀ ਜਤ ਦੀਆਂ ਗੰਢਾਂ ਕਿਹਦੀਆਂ ਗੰਢਾਂ ਜੀ ਜਤ ਦੀਆਂ ਜਤ ਕਿਹਨੂੰ ਕਹਿੰਦੇ ਆ ਕਰੈਕਟਰ ਨੂੰ ਉੱਚੇ ਆਚਰਣ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਦੀਆਂ ਗੰਢਾਂ ਕਾਹਦੀਆਂ ਹੋਣ ਜਤ ਦੀਆਂ ਕਰੈਕਟਰ ਦੀਆਂ ਇਹਨੂੰ ਥੋੜਾ ਜਿਹਾ ਸਮਝੀਏ ਗੁਰੂ ਨਾਨਕ ਦੇ ਘਰ ਨੇ ਹਮੇਸ਼ਾ ਕਰੈਕਟਰ ਤੇ ਜ਼ੋਰ ਦਿੱਤਾ ਉੱਚੇ ਆਚਰਣ ਤੇ ਜ਼ੋਰ ਦਿੱਤਾ ਕਿਉਂਕਿ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਤੇ ਉਹਦੇ ਵਿੱਚ ਬਚਨ ਆਉਂਦੇ ਆ ਪਾਰਤ੍ਰੈ ਰੂਪ ਨਾ ਪੇਖੇ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਅੱਖਾਂ ਦੇ ਨਾਲ ਪਰਾਇਆ ਰੂਪ ਮੰਦੀ ਨਿਗਾਹ ਨਾਲ ਨਹੀਂ ਤੱਕਣਾ ਕੰਨਾਂ ਨਾਲ ਨਿੰਦਿਆ ਨਹੀਂ ਸੁਣਨੀ ਜੀਵਨਾ ਕੌੜੇ ਬਚਨ ਨਹੀਂ ਬੋਲਣੇ ਗੁਰੂ ਅੰਗਦ ਸਾਹਿਬ ਜੀ ਦਾ ਸਲੋਕ ਹੈ ਅੱਖੀ ਬਾਜੋ ਵੇਖਣਾ ਵਿਨ ਕੰਨਾ ਸੁਣਨਾ ਪੈਰਾਂ ਬਾਜੋ ਚੱਲਣਾ ਵਿਨ ਹੱਥਾਂ ਕਰਨਾ ਜੀਭੇ ਬਾਜੋ ਮੋਲਣਾ
ਜੀਬੇ ਬਾਜੋਂ ਬੋਲਣਾ ਉਹ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਅੱਖਾਂ ਤੋਂ ਬਗੈਰ ਵੇਖੀਏ ਕਿਵੇਂ ਵੇਖ ਸਕਦੇ ਹਾਂ ਜੀ, ਕੰਨਾਂ ਤੋਂ ਬਗੈਰ ਸੁਣੀਏ ਕਿਵੇਂ ਸੁਣ ਸਕਦੇ ਹਾਂ, ਜੀਭ ਤੋਂ ਬਗੈਰ ਬੋਲੀਏ ਕਿਵੇਂ। ਗੁਰੂ ਅੰਗਦ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੋ? ਸੱਚੇ ਪਾਤਸ਼ਾਹ ਕਹਿੰਦੇ ਅੱਖਾਂ ਨਾਲ ਪਰਾਇਆ ਰੂਪ ਮੰਦੀ ਨਿਗਾਹ ਨਾਲ ਨਹੀਂ ਤੱਕਣਾ। ਜੇ ਤੱਕਣਾ ਤੇ ਕਿਵੇਂ ਤੱਕਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਗੁਰੂ ਨਾਨਕ ਸਾਹਿਬ ਜੀ ਨੇ 9 ਸਾਲ ਦੀ ਉਮਰ ਵਿੱਚ ਕਿਹਾ ਜਤ ਗੰਢੀ, ਜਤ ਦੀਆਂ ਗੰਢਾਂ। ਇਹਨੂੰ ਸਮਝਣ ਵਾਸਤੇ ਮੈਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚੋਂ ਇੱਕ ਸਾਖੀ ਸਾਂਝੀ ਕਰਨ ਲੱਗਿਆਂ, ਸੁਲਤਾਨਪੁਰ ਲੋਧੀ ਦੀ। ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਰਹਿੰਦੇ ਨੇ, ਮੋਦੀ ਖਾਨੇ ਦੀ ਕਿਰਤ ਕਰਦੇ ਨੇ। ਜਿਹੜਾ ਵੀ ਕੋਈ ਗਰੀਬ ਆਉਂਦਾ, ਲੋੜਵੰਦ ਆਉਂਦਾ, ਉਹਨੂੰ ਵੰਡੀ ਜਾਂਦੇ। ਆਪਾਂ ਤੇ ਸੰਗਤ ਜੀ ਗੁਰਦੁਆਰੇ ਆ ਕੇ ਵੀ ਕਈ ਵਾਰੀ ਸਾਡਾ ਧਿਆਨ ਘਰ ਵਿੱਚ ਚਲੇ ਜਾਂਦਾ, ਬਿਜ਼ਨਸ ਵਿੱਚ ਚਲੇ ਜਾਂਦਾ, ਪਰ ਗੁਰੂ ਨਾਨਕ ਸਾਹਿਬ ਜੀ ਵੇਖੋ ਕਿਹੋ ਜਿਹੇ ਹੋਣਗੇ। ਜੇ ਮੋਦੀ ਖਾਨੇ ਦੀ ਕਿਰਤ ਵੀ ਕਰ ਰਹੇ ਆ, ਬਿਜ਼ਨਸ ਵੀ ਕਰ ਰਹੇ, ਹੱਟੀ ਵੀ ਚਲਾ ਰਹੇ ਆ, ਤੇ ਉੱਥੇ ਵੀ ਉਹਨਾਂ ਨੂੰ 13 ਨਹੀਂ ਭੁੱਲਿਆ। ਗਿਣਦੇ ਹੀ ਆ ਨਾ, 1, 2, 3, 4, 5 ਗਿਣਦਿਆਂ ਗਿਣਦਿਆਂ 13 ਤੇ ਪਹੁੰਚਦੇ ਆ, ਤੇ 13 ਤੇ 13 ਬੜਾ ਨੇੜੇ ਦਾ ਸੰਬੰਧ ਹੈ ਨਾ। 13 ਤੋਂ 13 ਦੀ ਯਾਦ ਆ ਜਾਂਦੀ ਹੈ, ਤੇ ਜਿਵੇਂ ਬਾਣੀ ਸਮਝਾਉਂਦੀ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ 13 ਤੁਝ ਕਹੋ ਕਿਆ ਲਾਗੇ ਮੇਰਾ, ਵੰਡੀ ਜਾਂਦੇ ਆ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ, ਕਹਿੰਦੇ ਸੁਲਤਾਨਪੁਰ ਲੋਧੀ ਦੀਆਂ ਜਿਹੜੀਆਂ ਗਲੀਆਂ ਨੇ, ਉਹਨਾਂ ਵਿੱਚ ਜਿਹੜੇ ਕੱਖ ਪੈ ਕੱਖ, ਉਹਨਾਂ ਨੂੰ ਜ਼ਬਾਨ ਲੱਗ ਗਈ, ਉਹ ਵੀ ਕਹਿੰਦੇ ਆ ਧੰਨ ਨਾਨਕ ਮੋਦੀ, ਧੰਨ ਨਾਨਕ ਮੋਦੀ। ਕੀ ਕਹਿੰਦੇ ਆ ਜੀ? ਧੰਨ ਨਾਨਕ ਮੋਦੀ, ਧੰਨ ਨਾਨਕ ਮੋਦੀ। ਇਹੋ ਜਿਹਾ ਮੋਦੀ ਅਸੀਂ ਨਹੀਂ ਵੇਖਿਆ ਜਿਹੜਾ ਗਰੀਬਾਂ ਦੀ ਬਾਂਹ ਫੜਦਾ ਹੋਵੇ, ਲੋੜਵੰਦਾਂ ਦੀ ਮਦਦ ਕਰਦਾ ਹੋਵੇ। ਇੱਕ ਗਰੀਬ ਬ੍ਰਾਹਮਣ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੀ ਲੜਕੀ ਵਿਆਹਣ ਯੋਗ ਹੋਈ ਹੈ, ਜਵਾਨ ਹੋਈ ਹੈ, ਮੇਰੇ ਕੋਲ ਪੈਸੇ ਨਹੀਂ ਹੈਗੇ, ਮੇਰੀ ਮਦਦ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਕਿਹੜਾ ਕਿਹੜਾ ਸਮਾਨ ਚਾਹੀਦਾ ਦੱਸੋ। ਪੰਡਿਤ ਜੀ ਨੇ, ਬ੍ਰਾਹਮਣ ਜੀ ਨੇ ਇੱਕ ਲਿਸਟ ਬਣਾ ਦਿੱਤੀ ਕਿ ਆਹ ਵਿਆਹ ਵਾਸਤੇ ਸਮਾਨ ਚਾਹੀਦਾ। ਭਾਈ ਭਗੀਰਥ ਜੀ ਆਹ ਲਿਫਟ ਲਓ, ਆਹ ਲਓ ਪੈਸੇ, ਤੇ ਸਮਾਨ ਲੈ ਕੇ ਆਓ। ਕੋਲੋਂ ਪੈਸੇ ਦਿੱਤੇ ਗੁਰੂ ਨਾਨਕ ਦੇਵ ਜੀ ਨੇ। ਕਿਹਨਾਂ ਨੂੰ ਦਿੱਤੇ? ਭਾਈ ਭਗੀਰਥ ਨੂੰ। ਕਿਹਨਾਂ ਨੂੰ ਦਿੱਤੇ ਜੀ? ਜਾਗਦੇ ਜੀ ਸਾਰੇ? ਕਿਹਨਾਂ ਨੂੰ ਦਿੱਤੇ ਆ? ਭਾਈ ਭਗੀਰਥ। ਨਾਮ ਯਾਦ ਕਰੋ, ਕੀ ਨਾਮ ਹੈ? ਭਾਈ ਭਗੀਰਥ। ਇਹ ਮੈਲ ਸਿੰਘਾਂ ਦੇ ਨੰਬਰਦਾਰ ਸੀ, ਸੁਲਤਾਨਪੁਰ ਦੇ ਲਾਗੇ ਮੈਲ ਸਿੰਘਾਂ ਪਿੰਡ ਹੈ, ਉੱਥੋਂ ਦੇ ਨੰਬਰਦਾਰ ਸੀ। ਪਹਿਲਾਂ ਦੁਰਗਾ ਦੀ ਪੂਜਾ ਕਰਦੇ ਸੀ, ਫਿਰ ਰੱਬ ਦੀ ਪੂਜਾ ਕਰਨ ਲੱਗ ਪਏ। ਪੈਸੇ ਦਿੱਤੇ, ਇਹ ਸਮਾਨ ਲੈਣ ਲਈ ਚੱਲ ਪਏ। ਪਹੁੰਚੇ ਲਾਹੌਰ। ਕਿੱਥੋਂ ਚੱਲੇ? ਸੁਲਤਾਨਪੁਰ ਲੋਧੀ ਤੋਂ। ਹੁਣ ਤੁਸੀਂ ਮੈਨੂੰ ਪੁੱਛ ਸਕਦੇ, ਗਿਆਨੀ ਜੀ ਰਾਜ ਤਰਨ ਤਾਰਨ ਵੀ ਪੈਂਦਾ, ਅੰਮ੍ਰਿਤਸਰ ਸਾਹਿਬ ਵੀ ਪੈਂਦਾ, ਗੋਇੰਦਵਾਲ ਵੀ ਪੈਂਦਾ, ਉੱਥੋਂ ਕਿਉਂ ਨਹੀਂ ਲਿਆ? ਉਦੋਂ ਇਹ ਸ਼ਹਿਰ ਨਹੀਂ ਸਨ ਵਸੇ।
ਜਦੋਂ ਆਪਾਂ ਗੱਲ ਕਰ ਰਹੇ ਹਾਂ ਨਾ ਜੀ, ਉਦੋਂ ਤਰਨ ਤਾਰਨ ਸਾਹਿਬ ਨਹੀਂ ਸੀ ਵਸਿਆ, ਅੰਮ੍ਰਿਤਸਰ ਸਾਹਿਬ ਨਹੀਂ ਸੀ ਵਸਿਆ, ਗੋਇੰਦਵਾਲ ਸਾਹਿਬ ਨਹੀਂ ਸੀ ਵਸਿਆ, ਉਦੋਂ ਲਾਹੌਰ ਹੀ ਸ਼ਹਿਰ ਲੱਗ ਗਏ ਸੀ, ਉੱਥੇ ਚਲੇ ਗਏ। ਲਾਹੌਰ ਵਿੱਚ ਇੱਕ ਸਿੱਖ ਇੱਕ ਬਿਜ਼ਨਸਮੈਨ ਰਹਿੰਦਾ ਹੈ ਜਿਹਦਾ ਨਾਮ ਹੈ ਮਨਸੁਖ। ਕੀ ਨਾਮ ਹੈ ਜੀ? ਮਨਸੁਖ। ਜਿਹੜਾ ਮਨਸੁਖ ਸੀ ਨਾ, ਇਹ ਬਿਜ਼ਨਸਮੈਨ ਸੀ, ਇਹਦੀ ਸੋਚ ਬਣੀ ਸੀ, ਜਿਹੜੇ ਸਾਧੂ ਸੰਤ ਹੁੰਦੇ ਆ ਵਿਹਲੜ ਹੁੰਦੇ ਆ, ਇਹ ਲੋਕਾਂ ਦੀਆਂ ਰੋਟੀਆਂ 'ਤੇ ਗੁਜ਼ਾਰਾ ਕਰਦੇ ਆ, ਇਹ ਅਵਾਰਾ ਸਾਣ ਹੁੰਦੇ ਆ, ਜਿਵੇਂ ਸਾਣ ਸਾਡੇ ਖੇਤੀਬਾੜੀ ਨੂੰ ਉਜਾੜਦੇ ਆ, ਇਸ ਤਰ੍ਹਾਂ ਦੇ ਇਹਨਾਂ ਦਾ ਜੀਵਨ ਹੁੰਦਾ, ਇਹ ਸਾਧੂ ਸੰਤ ਵਿਹਲੜ ਹੁੰਦੇ ਆ। ਜਦੋਂ ਭਾਈ ਭਗੀਰਥ ਜੀ ਗਏ ਮਨਸੁਖ ਦੇ ਕੋਲ, ਜਾ ਕੇ ਕਹਿੰਦੇ ਮੈਨੂੰ ਆ ਸਮਾਨ ਦਿਓ, ਗੁਰੂ ਨਾਨਕ ਦੇਵ ਜੀ ਨੇ ਮੈਨੂੰ ਭੇਜਿਆ ਸੁਲਤਾਨਪੁਰ ਲੋਧੀ ਤੋਂ, ਇੱਕ ਗਰੀਬ ਬ੍ਰਾਹਮਣ ਦੀ ਲੜਕੀ ਦਾ ਵਿਆਹ ਹੈ, ਪੈਸੇ ਵੀ ਗੁਰੂ ਨਾਨਕ ਦੇਵ ਜੀ ਨੇ ਕੋਲੋਂ ਦਿੱਤੇ ਆ, ਅਤੇ ਮੈਨੂੰ ਆਹ ਸਮਾਨ ਚਾਹੀਦਾ। ਮਨਸੁਖ ਬੜਾ ਹੈਰਾਨ ਹੋਇਆ, ਕਹਿਣ ਲੱਗਾ ਕਿ ਮੈਂ ਅੱਜ ਤੱਕ ਤੇ ਸੋਚਦਾ ਆਇਆ ਹਾਂ, ਮੇਰੀ ਵਿਚਾਰ ਵੀ ਇਹ ਬਣੀ ਹੈ ਕਿ ਸਾਧੂ ਸੰਤ ਵਿਹਲੜ ਹੁੰਦੇ ਆ, ਇਹ ਕਿਹੋ ਜਿਹੇ ਗੁਰੂ ਆ, ਕਿਹੋ ਜਿਹੇ ਸੰਤ ਆ ਜਿਨ੍ਹਾਂ ਨੇ ਕੋਲੋਂ ਪੈਸੇ ਦਿੱਤੇ ਆ ਤੁਸੀਂ ਕਹਿ ਰਹੇ ਹੋ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਜਿਹੜੇ ਵਿਹਲੜ ਹੁੰਦੇ ਆ ਨਾ, ਲੋਕਾਂ ਦੇ ਦਰਾਂ 'ਤੇ ਮੰਗਦੇ ਫਿਰਦੇ ਆ, ਉਹਨਾਂ ਨੂੰ ਭੁੱਲ ਕੇ ਵੀ ਪੈਸੇ ਨਹੀਂ ਦੇਣੇ ਚਾਹੀਦੇ। ਇੱਕ ਉਹਨਾਂ ਦਾ ਸ਼ਬਦ ਹੈ, ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੇ ਕੰਨ ਪੜਾਏ। ਕੀ? ਮਖੱਟੂ ਹੋਏ ਕਹਿ ਕੰਨ ਪੜਾਏ। ਮਖੱਟੂ ਹੋ ਗਏ, ਕੰਮ ਕੋਈ ਨਹੀਂ ਕਰਦੇ, ਕੰਨ ਵਿੱਚ ਮੁੰਦਰਾਂ ਪਾ ਲਈਆਂ, ਲੋਕਾਂ ਦੇ ਘਰਾਂ 'ਚ ਜਾ ਕੇ ਲੱਖ ਨਰਿੰਜਨ ਕਰਦੇ ਫਿਰਦੇ। ਮਖੱਟੂ ਹੋਏ ਕੇ ਕੰਨ ਪੜਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ। ਫਿਰ ਸੱਚੇ ਪਾਤਸ਼ਾਹ ਕਰਨਾ ਕੀ ਚਾਹੀਦਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸੱਚੇ ਪਾਤਸ਼ਾਹ ਨੇ ਆਪ ਕਿਰਤ ਕੀਤੀ, ਪੈਸੇ ਦਿੱਤੇ, ਮਨਸੁਖ ਆ ਪੈਸੇ ਲਓ, ਮੈਨੂੰ ਸਮਾਨ ਦਿਓ। ਬੜਾ ਹੈਰਾਨ ਹੋਇਆ, ਕਹਿੰਦਾ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਓ। ਨਾਲ ਹੀ ਚੱਲ ਪਿਆ ਲਾਹੌਰ ਤੋਂ ਭਾਈ ਭਗੀਰਥ ਦੇ। ਰਸਤੇ ਵਿੱਚ ਆਉਂਦਿਆਂ ਆਉਂਦਿਆਂ ਮਨ ਬੇਈਮਾਨ ਹੋ ਗਿਆ, ਕਹਿੰਦੇ ਠੀਕ ਆ, ਪੈਸੇ ਦਿੱਤੇ ਨੇ, ਕਿਰਤ ਕਰਨ ਵਾਲੇ ਨੇ, ਠੀਕ ਆ ਸਾਰੀਆਂ ਗੱਲਾਂ, ਪਰ ਮੈਂ ਤਾਂ ਸੱਚੇ ਸਤਿਗੁਰੂ ਮੰਨਾਂਗਾ ਜੇ ਉਹ ਮੇਰਾ ਨਾਮ ਲੈ ਕੇ ਬੁਲਾਉਣ। ਮਨਸੁਖ ਕਹਿੰਦਾ ਮੈਂ ਤਾਂ ਸਮਝਾਂਗਾ ਕਿ ਉਹ ਸੱਚੇ ਸਤਿਗੁਰੂ ਨੇ। ਜਦੋਂ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਨਿਰਾ ਨਾਮ ਦਾ ਹੀ ਮਨਸੁਖ ਹੈ ਕਿ ਕਦੀ ਮਨ ਦਾ ਸੁਖ ਮਾਣਿਆ ਵੀ ਹੈ? ਹਾਂਜੀ, ਨਿਰਾ ਨਾਮ ਦਾ ਹੀ ਮਨਸੁਖ ਹੈ ਕਿ ਕਦੀ ਮਨ ਦਾ ਸੁਖ ਮਾਣਿਆ ਵੀ ਹੈ? ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਫੀਰ ਪਛਾਣ। ਗੱਲ ਆਪਾਂ ਕਰ ਰਹੇ ਹਾਂ ਜੱਤ ਗੰਢੀ, ਸਮਝਾਉਣ ਵਾਸਤੇ ਸਾਖੀ ਦਾ ਸਹਾਰਾ ਲਿਆ। ਉਹ ਮਨਸੁਖ ਇੰਨਾ ਅਮੀਰ ਆਦਮੀ ਸੀ, ਉਹਦਾ ਬਿਜ਼ਨਸ ਉਸ ਸਮੇਂ ਸ਼੍ਰੀ ਲੰਕਾ ਤੱਕ ਚੱਲਦਾ ਸੀ। ਅੱਜ ਤੋਂ 500 ਸਾਲ ਪਹਿਲਾਂ, 550 ਸਾਲ ਪਹਿਲਾਂ ਕਿੱਥੇ ਸ਼੍ਰੀ ਲੰਕਾ, ਕਿੱਥੇ ਲਾਹੌਰ, ਉੱਥੇ ਵਪਾਰ ਉਹਦਾ ਚੱਲਦਾ ਸੀ।
ਇਹ ਪਹਿਲਾਂ ਵੀ ਸ਼੍ਰੀ ਲੰਕਾ ਜਾਂਦਾ ਸੀ, ਹੁਣ ਗੁਰੂ ਨਾਨਕ ਦੇਵ ਦਾ ਸਿੱਖ ਬਣ ਗਿਆ ਤੇ ਹੁਣ ਵੀ ਸ਼੍ਰੀ ਲੰਕਾ ਗਿਆ। ਉੱਥੋਂ ਦਾ ਰਾਜਾ ਸ਼ਿਵਨਾਭ, ਕੀ ਨਾਮ ਹੈ ਰਾਜੇ ਦਾ? ਸ਼ਿਵਨਾਭ। ਸ਼ਿਵਨਾਭ ਰਾਜਾ ਹੈ ਉੱਥੋਂ ਦਾ, ਸ਼੍ਰੀ ਲੰਕਾ ਦਾ। ਉਹ ਵੇਖਦਾ ਸੀ ਮਨਸੁਖ ਪਹਿਲਾਂ ਵੀ ਆਉਂਦਾ ਹੈ, ਹੁਣ ਵੀ ਆਇਆ, ਪਰ ਫਰਕ ਬੜਾ। ਫਰਕ ਕੀ ਹੈ? ਹੁਣ ਅੰਮ੍ਰਿਤ ਵੇਲੇ ਉੱਠ ਕੇ ਬਹਿ ਜਾਂਦਾ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਈ ਵੈ ਜਾਣੀਐ ਸਭ ਆਪੇ ਸਚਿਆ। ਬਾਣੀ ਪੜ੍ਹਦਾ ਹੈ, ਗਰੀਬਾਂ ਨਾਲ ਵੰਡ ਕੇ ਛਕਦਾ ਹੈ। ਪਹਿਲਾਂ ਵੀਹਾਂ ਨੂੰ ਚਾਲੀਆਂ 'ਚ ਬਦਲਦਾ ਸੀ, ਹੁਣ ਜਿਹੜੇ ਪੈਸੇ ਆਉਂਦੇ ਉਹ ਗਰੀਬਾਂ ਦੇ ਭਲੇ 'ਤੇ ਲਾ ਦਿੰਦਾ ਹੈ। ਸਾਰੇ ਪਾਸੇ ਮਨਸੁਖ ਦੀ ਸ਼ੋਭਾ ਹੋਣੀ ਸ਼ੁਰੂ ਹੋ ਗਈ। ਮਨਸੁਖ ਪੁੱਛਦਾ, ਤੇਰੇ ਵਿੱਚ ਇਹ ਫਰਕ ਕਿਵੇਂ ਆਇਆ? ਕਹਿੰਦਾ, ਮੇਰੇ ਅੰਦਰ ਫਰਕ ਆਇਆ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਨ ਕਰਕੇ। ਹੁਣ ਮਨਸੁਖ ਦੇ ਰਾਹੀਂ ਸ਼੍ਰੀ ਲੰਕਾ ਦਾ ਰਾਜਾ ਸ਼ਿਵਨਾਭ ਗੁਰੂ ਨਾਨਕ ਦਾ ਸ਼ਰਧਾਲੂ ਬਣ ਗਿਆ। ਭਾਈ ਮਨਸੁਖ ਨੂੰ ਪੁੱਛਦਾ ਹੈ ਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਸਕਦੇ ਆ? ਅੱਗੋਂ ਮਨਸੁਖ ਕਹਿੰਦਾ ਹੈ ਕਿ ਹਾਂ ਹੋ ਸਕਦੇ ਆ। ਫਿਰ ਕਿਵੇਂ ਹੋ ਸਕਦੇ ਆ? ਕਹਿੰਦੇ, ਤੂੰ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਿਆ ਕਰ, ਬਸ ਯਾਦ ਹੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਨੂੰ ਤੇਰੇ ਤੱਕ ਖਿੱਚ ਕੇ ਲੈ ਆਏਗੀ। ਹਾਂਜੀ, ਹੁਣ ਮਨਸੁਖ ਯਾਦ ਕਰਨ ਲੱਗ ਪਿਆ, ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਤੋਂ ਚੱਲ ਪਏ ਉਦਾਸੀ ਤੇ, ਪਹਿਲੀ ਉਦਾਸੀ ਤੇ। ਲੋਕਾਂ ਨੂੰ ਪਤਾ ਲੱਗਿਆ, ਪਖੰਡੀਆਂ ਨੂੰ ਪਤਾ ਲੱਗਿਆ ਕਿ ਇਹ ਸ਼ਿਵਨਾਭ ਰਾਜਾ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਬਣ ਗਿਆ ਹੈ। ਪਖੰਡੀਆਂ ਨੇ ਕੀ ਕਰਨਾ? ਸਾਧੂਆਂ ਵਾਲਾ ਵੇਸ ਪਹਿਣ ਕੇ ਰਾਜੇ ਕੋਲ ਚਲੇ ਜਾਣਾ ਤੇ ਕਹਿਣਾ, ਅਸੀਂ ਗੁਰੂ ਨਾਨਕ ਹਾਂ। ਰਾਜੇ ਨੇ ਹੀਰੇ ਜਵਾਹਰਾਤ ਸੋਨਾ ਚਾਂਦੀ ਭੇਟਾ ਕਰਨਾ, ਬਾਅਦ ਵਿੱਚ ਪਤਾ ਲੱਗਣਾ ਕਿ ਇਹ ਤੇ ਪਖੰਡੀ ਸੀ। ਸਮਾਂ ਆਪਣੀ ਚਾਲਨਾ ਚੱਲਦਾ ਗਿਆ, ਰਾਜੇ ਨੇ ਫਿਰ ਇੱਕ ਢੰਗ ਲੱਭਿਆ। ਜਿਹਨੇ ਕਹਿਣਾ ਨਾ ਗੁਰੂ ਨਾਨਕ ਆ ਮੈਂ, ਗੁਰੂ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਰਾਜੇ ਨੇ ਉਹ ਸੰਤ ਦੀ ਪਰਖ ਕਰਨ ਲਈ ਰਾਤ ਨੂੰ ਸੁੰਦਰ ਇਸਤਰੀਆਂ ਭੇਜਣੀਆਂ। ਜਿੰਨੇ ਵੀ ਪਖੰਡੀ ਹੋਣੇ ਉਹਨਾਂ ਨੇ ਉਹਨਾਂ ਸੁੰਦਰ ਇਸਤਰੀਆਂ ਨਾਲ ਕੁਕਰਮ ਕਰ ਲੈਣਾ ਤੇ ਸਵੇਰੇ ਪਤਾ ਲੱਗਣਾ ਕਿ ਇਹ ਗੁਰੂ ਨਾਨਕ ਦੇਵ ਨਹੀਂ ਆ, ਇਹ ਪਖੰਡੀ ਸੀ। ਹੁਣ ਰਾਜੇ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਤੜਫ ਪੈਦਾ ਹੋ ਗਈ। ਪ੍ਰਿੰਸੀਪਲ ਗੰਗਾ ਸਿੰਘ ਨੇ ਬੜਾ ਸੁੰਦਰ ਲਿਖਿਆ, ਉਹ ਲਿਖਦੇ ਆ, ਮਨ ਸੁਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁਖ ਸਿਖਾ ਗਿਆ। ਜਿਹੜਾ ਭਾਈ ਮਨਸੁਖ ਸ਼੍ਰੀ ਲੰਕਾ ਵਿੱਚ ਆਇਆ ਸੀ ਨਾ, ਉਹ ਦੱਸ ਗਿਆ ਕਿ ਅਸਲੀ ਸੁਖ ਹੈ ਪਰਮਾਤਮਾ ਦੇ ਨਾਮ ਵਿੱਚ। ਉਹ ਦੱਸ ਗਿਆ ਕਿ ਡਿੱਠਾ ਸਭ ਸੰਸਾਰ ਸੁਖਨਾ ਨਾਮ ਬਿਨਾ। ਉਹ ਦੱਸ ਗਿਆ ਕਿ ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਵ ਸੁਖਾਂ ਹਰ ਹਰ ਗੁਣ ਗਾਏ। ਸਾਰੇ ਸੁਖ ਨੇ ਪਰਮਾਤਮਾ ਦੇ ਨਾਮ ਵਿੱਚ। ਮਨ ਸੁਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁਖ ਸਿਖਾ ਗਿਆ।
ਰਸ ਝੂਮ ਵਿੱਚ ਮਸਤ ਸੀ ਉਹ ਮੈਨੂੰ ਵੀ ਚਾਟ ਲਗਾ ਗਿਆ। ਮੈਂ ਤੇ ਸੰਸਾਰ ਦੇ ਰਸਾ ਕਸਾਂ ਦੇ ਵਿੱਚ ਮਸਤ ਸੀ ਮੈਨੂੰ ਵੀ ਉਹ ਯਾਦ ਦੀ ਚਾਟ ਲਗਾ ਗਿਆ। ਰਸ ਝੂਮ ਵਿੱਚ ਮਸਤ ਸੀ ਉਹ ਮੈਨੂੰ ਵੀ ਚਾਟ ਲਗਾ ਗਿਆ। ਤੂੰ ਕਲੇਜੇ ਪਾ ਗਿਆ ਬਿਰਹੋ ਦੀ ਸ਼ੋ ਲਗਾ ਗਿਆ। ਇਹੋ ਜੀ ਸ਼ੋ ਲਗਾ ਗਿਆ ਮੇਰੀ ਹਾਲਤ ਬਣ ਗਈ ਹੈ ਕਿ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ। ਪ੍ਰੇ ਤੁਧ ਭਗਵੰਤਾ ਮੋਹਿ ਰਹਿ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ। ਇਹ ਹਾਲਤ ਬਣ ਗਈ ਮਨ ਸ਼੍ਰੀ ਲੰਕਾ ਦੇ ਰਾਜੇ ਦੀ। ਮਨ ਸੁਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁਖ ਸਿਖਾ ਗਿਆ। ਰਸ ਝੂਮ ਵਿੱਚ ਮਸਤ ਸੀ ਉਹ ਮੈਨੂੰ ਵੀ ਚਾਟ ਲਗਾ ਗਿਆ। ਤੂੰ ਕਲੇਜੇ ਪਾ ਗਿਆ ਬਿਰਹੋ ਦੀ ਸ਼ੋ ਲਗਾ ਗਿਆ। ਕਹਿੰਦਾ ਸੀ ਕਰ ਬਸ ਯਾਦ ਤੂੰ ਬਸ ਉੱਠ ਕੇ ਹੀ ਆ ਜਾਵੇਗਾ। ਦੱਸੋ ਜੀ ਮੇਰਾ ਵਾਲੜਾ ਮੇਰਾ ਬਾਬਾ ਨਾਨਕ ਕਦ ਆਵੇਗਾ। ਦੱਸੋ ਜੀ ਮੇਰਾ ਮੇਲਾ ਵਾਲੜਾ ਮੇਰਾ ਮਾਹੀ ਕਦ ਆਵੇਗਾ। ਬੜੀ ਅੰਦਰ ਤੜਫ ਹੈ ਦਰਸ਼ਨ ਦੀ। ਸੱਚੇ ਪਾਤਸ਼ਾਹ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਪਹੁੰਚ ਗਏ ਸ਼੍ਰੀ ਲੰਕਾ। ਜਦੋਂ ਸ਼੍ਰੀ ਲੰਕਾ ਪਹੁੰਚੇ ਰਾਜੇ ਨੇ ਫਿਰ ਉਹੀ ਢੰਗ, ਕਿਹੜਾ ਢੰਗ ਜੀ, ਸੁੰਦਰ ਇਸਤਰੀਆਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਭੇਜੀਆਂ। ਜਦੋਂ ਸੁੰਦਰ ਇਸਤਰੀਆਂ ਗੁਰੂ ਨਾਨਕ ਦੇਵ ਜੀ ਦੇ ਕੋਲ ਆਈਆਂ, ਉਹਨਾਂ ਨੇ ਆ ਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਆਪਣੇ ਹਾਵ ਭਾਵ ਕੀਤੇ, ਐਕਟਿੰਗ ਕੀਤੀ। ਸੱਚੇ ਪਾਤਸ਼ਾਹ ਨੇ ਉਹਨਾਂ ਇਸਤਰੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ, ਗਛ ਹੋ ਪੁੱਤਰੀ ਰਾਜ ਕੁਵਾਰ। ਕੀ ਕਿਹਾ ਜੀ? ਗਛ ਹੋ। ਸਮਝ ਆਈ ਆਪ ਜੀ ਨੂੰ ਕੁਛ ਜੀ? ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਇਹ ਸ਼੍ਰੀ ਲੰਕਾ ਵਿੱਚ ਜਿਹੜੀ ਬੋਲੀ ਜਾਂਦੀ ਬੋਲੀ ਹੈ ਸਿੰਘਾਲੀ। ਕਿਹੜੀ ਬੋਲੀ ਹੈ ਜੀ? ਸਿੰਘਾਲੀ, ਜਿਹੜੀ ਸ਼੍ਰੀ ਲੰਕਾ ਵਿੱਚ ਬੋਲੀ ਜਾਂਦੀ ਹੈ। ਗਛ ਹੋ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕੀ ਕਹਿੰਦੇ ਆ ਗੁਰੂ ਨਾਨਕ ਸਾਹਿਬ? ਗਛ ਹੋ ਪੁੱਤਰੀ ਰਾਜ ਕੁਵਾਰ, ਗਛ ਹੋ ਜਾਓ। ਵਿਦਵਾਨਾਂ ਨੇ ਇਹਦੇ ਅਰਥ ਕੀਤੇ ਜਾਓ, ਇਹ ਬੱਚਿਓ ਜਾਓ। ਗਛ ਹੋ ਪੁੱਤਰੀ ਰਾਜ ਕੁਵਾਰ, ਇਹ ਪੁੱਤਰੀਓ, ਇਹ ਬੱਚਿਓ, ਇਹ ਬੇਟੀਓ, ਇਹ ਰਾਜਕੁਮਾਰੀਓ ਜਾਓ। ਕੀ ਕਰੋ? ਜਾ ਕੇ ਨਾਮ ਭਣੋ ਸੱਚ ਦੋਤ ਸਵਾਰ। ਬੇਟੀਓ ਬੱਚਿਓ ਜਾ ਕੇ ਪਰਮਾਤਮਾ ਦਾ ਨਾਮ ਜਪੋ, ਮੁਖ ਤੋਂ ਉਚਾਰਨ ਕਰੋ ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਾਧ ਸੰਗਤ ਜੀ, ਉਹਨਾਂ ਇਸਤਰੀਆਂ ਨੇ ਉਹਨਾਂ ਬੱਚੀਆਂ ਨੇ ਜਾ ਕੇ ਰਾਜੇ ਨੂੰ ਕਿਹਾ ਕਿ ਜਿਹੜਾ ਅੱਜ ਸੰਤ ਆਇਆ ਹੈ ਉਹ ਅਸਲੀ ਸੰਤ ਹੈ,
ਉਹਨੇ ਸਾਨੂੰ ਕਿਹਾ ਬੇਟੀਓ, ਉਹਨੇ ਸਾਨੂੰ ਕਿਹਾ ਬੱਚੀਓ, ਉਹਨੇ ਸਾਨੂੰ ਕਿਹਾ ਰਾਜਕੁਮਾਰੀਓ, ਜਾਓ ਤੇ ਜਾ ਕੇ ਆਪਣਾ ਕਰੈਕਟਰ ਉੱਚਾ ਤੇ ਸੁੱਚਾ ਕਰੋ, ਵਾਹਿਗੁਰੂ ਦਾ ਨਾਮ ਜਪੋ। ਗੱਲ ਚੱਲੀ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ, ਨਾ ਇਹ ਟੁੱਟੈ ਨਾ ਮਲ ਲੱਗੇ, ਨਾ ਇਹ ਜਲੈ ਨਾ ਜਾਏ, ਨਾ ਇਹ ਟੁੱਟੇਗਾ ਨਾੜੇਗਾ ਤੇ ਨਾ ਇਹ ਜਾਏ ਗਵਾਚੇਗਾ, ਨਹੀਂ ਗਵਾਚੇਗਾ। ਜਿਹਦੇ ਅੰਦਰ ਦਇਆ ਹੈ ਗਵਾਚੇਗੀ ਜੀ, ਜੇ ਅੰਦਰ ਸੰਤੋਖ ਹੈ ਉਹ ਸੜੇਗਾ ਨਹੀਂ, ਇਹ ਆਤਮਾ ਦੇ ਨਾਲ ਨਿਭੇਗਾ। ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਸਤਸੰਗਤ ਜੀ ਅੱਗੇ ਮੈਨੂੰ ਹੁਣ ਸਮਾਂ ਕਹਿੰਦੇ ਗਿਆਨੀ ਜੀ ਫਤਿਹ ਬੁਲਾ ਦਿਓ, ਘੜੀ ਦੀ ਸੂਈ ਮੈਨੂੰ ਕਹਿ ਰਹੀ ਆ ਕਿ ਆਪਾਂ ਹੁਣ ਇੱਥੇ ਵਿਸ਼ਰਾਮ ਲਈਏ। ਤੁਹਾਡਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਇਕਾਗਰਤਾ ਦੇ ਨਾਲ ਸੁਣਿਆ। ਪਹਿਲੀ ਵਾਰ ਦਸ਼ਮੇਸ਼ ਪਿਤਾ ਜੀ ਦੇ ਇਸ ਸਥਾਨ ਦੇ ਦਰਸ਼ਨ ਦੇ ਦਾਰ ਹੋਏ ਤੇ ਸਤਿਕਾਰਯੋਗ ਜਥੇਦਾਰ ਦਵਿੰਦਰ ਸਿੰਘ ਜੀ ਖਟੜਾ ਸਾਹਿਬ, ਉਹਨਾਂ ਨੂੰ ਮੈਂ ਦੱਸ ਰਿਹਾ ਸੀ ਕਿ ਸਮੁੱਚੇ ਭਾਰਤ ਵਿੱਚ ਭ੍ਰਮਣ ਕਰਦਿਆਂ ਕਰਦਿਆਂ ਬੜੇ ਮਿਲੇ ਸਿੰਘ ਜਿਨ੍ਹਾਂ ਨੂੰ ਜਾਗ ਲੱਗੀ ਸੀ ਕਿਸੇ ਸਮੇਂ ਫੈਡਰੇਸ਼ਨ ਨੇ ਲਾਈ ਸੀ, ਉਹਨਾਂ ਦੇ ਅੰਦਰ ਵੀ ਇਹ ਹੂਕ ਹੈ, ਤੜਫ ਹੈ, ਦਰਦ ਹੈ ਕੌਮ ਦਾ ਕਿ ਜਿੰਨਾ ਵੀ ਗੁਰੂ ਨਾਨਕ ਦਾ ਮੈਸੇਜ ਸੰਸਾਰ ਵਿੱਚ ਪਹੁੰਚ ਸਕੇ ਇਹ ਪਹੁੰਚਣਾ ਚਾਹੀਦਾ। ਪੰਜਾਬ ਦੇ ਵਿੱਚ ਮੈਂ ਜਾਂਦਾ ਹਾਂ, ਵੱਖ ਵੱਖ ਮੈਂਬਰ ਸਾਹਿਬਾਨ ਬੁਲਾਉਂਦੇ ਨੇ, ਪਰ ਜਿਸ ਤਰ੍ਹਾਂ ਦੀ ਇਹਨਾਂ ਦੀ ਸ਼ੋਭਾ ਸੁਣੀ ਹੈ ਕਿ ਆਪ ਸਾਰੇ ਸਮਾਗਮਾਂ ਵਿੱਚ ਆਉਂਦੇ ਨੇ, ਸਿਹਤ ਵੀ ਠੀਕ ਨਹੀਂ ਹੈ, ਫਿਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਹਨਾਂ ਪੁਰਬਾਂ ਵਿੱਚ ਹਾਜ਼ਰੀ ਭਰ ਰਹੇ ਨੇ ਜੀ। ਸੱਚੇ ਪਾਤਸ਼ਾਹ ਜੀ ਇਹਨਾਂ ਦੇ ਕੋਲੋਂ ਇਸੇ ਤਰੀਕੇ ਨਾਲ ਸੇਵਾ ਲੈਂਦੇ ਰਹਿਣ। ਇੱਕ ਜ਼ਰੂਰੀ ਬੇਨਤੀ ਹੈ ਕਿ 1 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਸੁਲਤਾਨਪੁਰ ਲੋਧੀ ਵਿੱਚ ਗੁਰਮਤਿ ਸਮਾਗਮ ਹੋ ਰਹੇ ਨੇ, ਆਪ ਜੀ ਨੇ ਦਰਸ਼ਨ ਦਾਰ ਦੇਣ ਦੀ ਕਿਰਪਾਲਤਾ ਕਰਨੀ। ਜਿਵੇਂ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਬਣਾਇਆ ਗਿਆ, ਇਸੇ ਤਰੀਕੇ ਨਾਲ ਸੁਲਤਾਨਪੁਰ ਲੋਧੀ ਆਪ ਜੀ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾ ਰਹੀ ਹੈ, ਉੱਥੇ ਦਰਸ਼ਨ ਦਾਰ ਦੇਣਾ ਜੀ। ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਜਣਾਂ ਦਾ, ਮੈਨੇਜਰ ਸਾਹਿਬ ਦਾ, ਮੈਂਬਰ ਸਾਹਿਬ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਕੋਟਾਨ ਕੋਟ ਸ਼ੁਕਰ, ਆਓ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆਂ, ਸ਼ਬਦੋ ਤੰਗਾਵੋ ਹਰੀ ਕੇਰਾ, ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆ ਤੂੰ
ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰੋ ਕਰੇ ਤੇਰਾ, ਸਭਨਾ ਗੱਲਾਂ ਸਮਰੱਥ ਸਵਾਮੀ, ਕਹ ਨਾਨਕ ਮਨ ਮੇਰੇ, ਸਾਚੇ ਸਾਹਿਬਾ, ਕਰਤਾ ਤੇਰਾ ਸਭ ਕਿਛ ਹੈ, ਸਦਾ ਸਿਫਤ ਸਾਲਾਹ ਤੇਰੀ, ਨਾਮ ਜਿਨ ਕੈ ਮਨ ਵਸਿਆ, ਕਹ ਨਾਨਕ ਸੱਚੇ ਸਾਹਿਬ, ਸਾਚਾ ਨਾਮ ਮੇਰਾ ਆਧਾਰ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ, ਸਦਾ ਕੁਰਬਾਨ ਕੀਤਾ ਗੁਰ ਵਿਟ ਹੋ, ਕਹ ਨਾਨਕ ਸੁਣ ਹੋ ਸੰਤੋ, ਵਾਜੇ ਪੰਚ ਸ਼ਬਦ ਤਿਤ ਕਰ ਸੁਪਾਗੈ, ਪੰਚ ਦੂਤ ਤੁਧ ਵਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕੋਸੇ, ਕਹ ਨਾਨਕ ਤੈਂ ਸੁਖ ਹੋਆ, ਆਨੰਦ ਸੁਣੋ ਵੱਡ ਭਾਗੀ ਹੋ, ਪਾਰ ਬ੍ਰਹਮ ਪ੍ਰਭ ਪਾਇਆ, ਦੁਖ ਰੋਗ ਸੰਤਾਪ ਉਤਰੇ, ਸੰਤ ਸਾਜਨ ਭੈ ਸਰਸੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਸਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ, ਕਰਮੀ ਆਪੋ ਆਪਣੀ, ਜਿੰਨੀ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ, ਜਿੰਨੀ ਨਾਮ ਧਿਆਇਆ, ਗਏ ਮਸ਼ਕਤ ਕਾ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਹਾਂ।